ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਲੋਕ ਪਰਲੋਕ ਸਹਾਇਕ ਕੁਲ ਆਲਮ ਦੋ ਜਹਾਨ ਵਾਲੀਏ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਮੁਖ ਪਾਵਨ ਬਾਗ ਸੋਰਠ ਰਾਗ ਦੇ ਅੰਦਰ ਸਿੱਖ ਧਰਮ ਦੇ ਅਨੇ ਆਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 636 ਤੇ ਸੁਭਾਇ ਮਾਨ ਹਨ ਗੁਰੂ ਖਾਲਸਾ ਸਾਜ ਸੰਗਤ ਜੀਓ ਆਏ ਹੋਏ ਪਾਵਨ ਹੁਕਮ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਗੁਰੂ ਚਰਣਾ ਵਿੱਚ ਹਾਜ਼ਰੀਆਂ ਲਵਾਈਏ ਤੇ ਮੰਨ ਦੀ ਕਗਰਤਾ ਨਾਲ ਪਿਆਰ ਸਹਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਸਾ ਸਾਧ ਸੰਗਤ ਜੀਓ ਆਓ ਮਨ ਦੀ ਇਕਾਗਰਤਾ ਦੇ ਨਾਲ ਆਏ ਹੋਏ ਮੁਖ ਪਾਵਨ ਬਾਗ ਦੀ ਕਥਾ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਤੇ ਮਨ ਦੀ ਇਕਾਗਰਤਾ ਦੇ ਨਾਲ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸ਼੍ਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਾਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਨਾਨਕ ਮਹਾਰਾਜ ਅੱਜ ਦੇ ਪਾਵਨ ਹੁਕਮ ਦੇ ਰਾਹੀਂ ਸੋਰਠਿ ਰਾਗ ਅੰਦਰ ਬਖਸ਼ਿਸ਼ ਕਰਦੇ ਨੇ ਜਿਨੇ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੀ ਕਿ ਜਿਨਾ ਬੰਦਿਆਂ ਨੇ ਜਿਨਾ ਜੀਵਾਂ ਨੇ ਮਨੁੱਖਾਂ ਨੇ ਸਤਗੁਰੂ ਦਾ ਪੱਲਾ ਫੜਿਆ ਅਕਾਲ ਪੁਰਖ ਦਾ ਓਟ ਆਸਰਾ ਲਿਆ ਹੈ ਹੇ ਸੱਜਣ ਉਹਨਾਂ ਦੇ ਸੰਗੀ ਸਾਥੀ ਵੀ ਏ ਜਪਾ ਬਸਾਗਰ ਤੋਂ ਪਾਰ ਲੰਗ ਜਾਂਦੇ ਹਨ ਤਿਨਾ ਠਾਕਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ ਤਿਨਾ ਠਾਕਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ ਹੈ ਭਾਈ ਜਿਨ੍ਹਾਂ ਦੇ ਜੀਬ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਚਖਦੀ ਹੈ ਉਨ੍ਹਾਂ ਦੇ ਜਿਮਨ ਸਫਰ ਵਿੱਚ ਵਿਕਾਰ ਆਦਿਕਾਂ ਦੀ ਰੁਕਾਵਟ ਨਹੀਂ ਪੈਂਦੀ ਥਾਕ ਭਾਵੇਂ ਰੁਕਾਵਟ ਔਕੜਾਂ ਕੰਦੇ ਜਿਨਾ ਦੀ ਜੀਭਾ ਹਰ ਵੇਲੇ ਨਾਮ ਰੂਪੀ ਅੰਮ੍ਰਿਤ ਨੂੰ ਚੱਖਦੀ ਹੈ ਸਵਾਦ ਲੈਂਦੀ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੀ ਹੈ ਜੰਦੇ ਉਹਨਾਂ ਦੇ ਫਿਰ ਜੀਵਨ ਸਫਰ ਤੇ ਵਿੱਚ ਵਿਕਾਰ ਆਦਿਕ ਮਾਇਆ ਦੀ ਕੋਈ ਵੀ ਰੁਕਾਵਟ ਨਹੀਂ ਪੈਂਦੀ ਡੂਬੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਹੈ ਸੱਜਣ ਜਿਹੜੇ ਮਨੁੱਖ ਪ੍ਰਮਾਤਮਾ ਦੇ ਡਰ ਅਦਬ ਤੋਂ ਸਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦੇ ਉਸ ਦੀ ਯਾਦ ਵਿੱਚ ਨਹੀਂ ਜੁੜਦੇ ਪ੍ਰਮਾਤਮਾ ਦੇ ਪਿਆਰ ਰੂਪੀ ਅਦਬ ਤੋਂ ਸਖਣੇ ਹਨ ਉਹ ਮਨੁੱਖ ਉਹ ਜੀਵ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਡੁੱਬੇ ਜਾਂਦੇ ਹਨ ਪਰ ਜਦੋਂ ਪ੍ਰਮਾਤਮਾ ਦੀ ਮਿਹਰ ਪਰ ਜਦੋਂ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਨਜਰਸਵਲੀ ਕਰਦਾ ਹੈ ਤਾਰੇ ਨਦਰ ਕਰੇ ਤਾਂ ਉਹਨਾਂ ਨੂੰ ਵੀ ਸੰਸਾਰ ਪਵ ਸਾਗਰ ਤੋਂ ਪਾਰ ਲੰਘਾ ਲੈ ਜਾਂਦਾ ਹੈ ਵੇ ਤੂੰ ਹੈ ਸਲਾਣਾ ਪਿਆਰੇ ਪੀ ਤੇਰੀ ਸਲਾਹ ਰਹਾਉ ਵਾਲੇ ਬੰਦ ਵਿੱਚ ਮਹਾਰਾਜ ਵਕਸ਼ਿਸ਼ ਕਰਦੇ ਨੇ ਵੇ ਤੂੰ ਹੈ ਸਲਾਣਾ ਪਿਆਰੇ ਪੀ ਤੇਰੀ ਸਲਾਹ ਏ ਸੱਜਣ ਪ੍ਰਭੂ ਸਦਾ ਤੇਨੂੰ ਹੀ ਸਲਾਉਣਾ ਚਾਹੀਦਾ ਹੈ ਸਦਾ ਤੇਰੀ ਹੀ ਸਿਫਤ ਸਲਾਹ ਕਰਨੀ ਬਣ ਆਉਂਦੀ ਹੈ ਵੇਣ ਬੋਹਿਤ ਭੈ ਡੁੱਬਿਆ ਪਿਆਰੇ ਕੰਦੀ ਪਾਏ ਕਹ ਰਹਾ ਆਸ਼ਕੈਂਦੀ ਕਿ ਤੇਰੇ ਵਰਗਾ ਤੇਰੇ ਤੋਂ ਬਿਨਾ ਹੋਰ ਕੋਈ ਵੀ ਨਹੀਂ ਕਿ ਤੂੰ ਹੀ ਤੂੰ ਹੈ ਸਾਰੇ ਪਾਸੇ ਤੇਰਾ ਹੀ पसारा ਤੇ ਖਿਲਾਰਾ ਹੈ ਇਸ ਕਰਕੇ ਜੀਵਾਂ ਨੂੰ ਜਿੰਦ ਦੇਣ ਵਾਲੇ ਸਦਾ ਤੈਨੂੰ ਹੀ ਸਲਾਉਣਾ ਬਣਦਾ ਹੈ ਤੇਰੀ ਸਿਫਤ ਸਲਾਹ ਕਰਨੀ ਬਣਦੀ ਹੈ ਬਿਨ ਬੋਇ ਤੇ ਪੈ ਡੁੱਬੀ ਐ ਪਿਆਰੇ ਕੰਦੀ ਪਾਇ ਕਹਾ ਹ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਵਾਸਤੇ ਤੇਰੀ ਸਿਫਤ ਸਲਾਹ ਜੀਵਾ ਵਾਸਤੇ ਜਹਾਜ਼ ਹੈ ਤੇਸ ਜਹਾਜ਼ ਤੋਂ ਬਿਨਾ ਪਾਉ ਸਾਗਰ ਵਿੱਚ ਡੁੱਬ ਜਾਈਦਾ ਹੈ ਕਹਿੰਦੇ ਕੋਈ ਵੀ ਜੀਵ ਸਮੁੰਦਰ ਦਾ ਪਾਰਲਾ ਕੰਡਾ ਪ੍ਰਮਾਤਮਾ ਦੀ ਕਿਰਪਾ ਮਿਹਰ ਤੋਂ ਬਿਨਾ ਲੱਭ ਨਹੀਂ ਸਕਦਾ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਅਵਰਨਾ ਕੋਏ ਹੈ ਸੱਜਣ ਸਲੋਹਨ ਯੋਗ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਉਸ ਵਰਗਾ ਹੋਰ ਕੋਈ ਵੀ ਨਹੀਂ ਹੈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਜਿਹੜੇ ਜੀਵ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਨੂੰ ਕਰਦੇ ਹਨ ਉਹ ਭਗਾਂ ਵਾਲੇ ਹਨ ਉੱਤਮ ਕਰਮਾਂ ਵਾਲੇ ਹਨ ਗੁਰੂ ਦੇ ਸ਼ਬਦ ਵਿੱਚ ਡੂੰਗੀ ਲਗਨ ਰੱਖਣ ਵਾਲੇ ਬੰਦੇ ਨੂੰ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਰੰਗ ਚੜ ਚੜ ਜਾਂਦਾ ਹੈ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਕਹਿੰਦੇ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਅਜਿਹੇ ਬੰਦੇ ਦੇ ਜੇ ਸੰਗਤ ਕਿਸੇ ਨੂੰ ਪ੍ਰਾਪਤ ਹੋ ਜਾਵੇ ਜਿਹੜਾ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਤਾਂ ਉਹ ਹਰੇ ਨਾਮ ਦਾ ਰਾਸ ਲੈਂਦਾ ਹੈ ਜਿਸ ਨੂੰ ਪ੍ਰਮਾਤਮਾ ਦੇ ਰੰਗੇ ਹੋਏ ਨਾਮ ਰੰਗ ਦੇ ਵਿੱਚ ਕਿਸੇ ਪਿਆਰੇ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਵੀ ਉਸ ਦੇ ਨਾਲ ਲਾ ਕੇ ਨਾਮ ਰਾਸ ਨੂੰ ਪ੍ਰਾਪਤ ਕਰ ਲੈਂਦਾ ਹੈ ਰਾਸਲੇ ਤੱਤਵੇ ਲੋਏ ਤੇ ਨਾਮ ਦੁੱਧ ਨੂੰ ਰੇੜਕ ਕੇ ਓ ਜਗਤ ਮੂਲ ਪ੍ਰਭੂ ਨੂੰ ਮੇਲੇ ਪੈਂਦਾ ਹੈ ਪਤ ਪਰਵਾਨਾ ਸਾਚਾ ਪਿਆਰੇ ਨਾਮ ਸੱਚਾ ਨੀਸਾਣਾ ਹੈ ਪਾਈ ਸਦਾ ਥਿਰਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ ਪਤਿ ਨੂੰ ਮਿਲਣ ਵਾਸਤੇ ਜੀਵਨ ਸਫਰ ਵਿੱਚ ਰਾਹਦਾਰੀ ਦਾ ਕੰਮ ਕਰਦਾ ਹੈ ਇਹ ਨਾਮ ਸਦਾ ਥਿਰਣ ਵਾਲੀ ਮੋਹਰ ਹੈ ਵਸਤੂ ਹੈ ਜਿਹੜੀ ਕਿ ਜੀਵਨ ਸਫਰ ਦੇ ਵਿੱਚ ਕੰਮ ਆਉਣੀ ਹੈ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣ ਪ੍ਰਭੂ ਦਾ ਇਹ ਹੀ ਹੁਕਮ ਹੈ ਕਿ ਜਾਗਤ ਵਿੱਚ ਜੋ ਵੀ ਜੀਵ ਆਇਆ ਉਸ ਨੇ ਪ੍ਰਭੂ ਨੂੰ ਮਿਲਣ ਵਾਸਤੇ ਇਹ ਨਾਮ ਰੂਪ ਰਾਹ ਦਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ ਹੋਰ ਮਾਇਆ ਇਕੱਠੀ ਨਹੀਂ ਕਰਨੀ ਕਿਉਂਕਿ ਇਸ ਨੇ ਸਾਥ ਨਹੀਂ ਦੇਣਾ ਜੀਵੇ ਸੰਸਾਰ ਦੇ ਵਿੱਚ ਨਾਮ ਧਨ ਨੂੰ ਇਕੱਠਾ ਕਰਨ ਦੇ ਲਈ ਆਇਆ ਹੈ ਤੇ ਇਹੋ ਹੀ ਇਹਦੀ ਰਾਹ ਦਾਰੀ ਹੈ ਗੁਰ ਬਿਨ ਹੁਕਮਨਾ ਬੂਝਿਐ ਪਿਆਰੇ ਸੱਚ ਸਚਤਾਣ ਹੈ ਪਾਈ ਪ੍ਰਭੂ ਦੇ ਹੁਕਮ ਨੂੰ ਸਮਝ ਪਰੇ ਹੇਸੂ ਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਵੇਗਾ ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਨਹੀਂ ਸਮਝਿਆ ਜਾ ਸਕਦਾ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਾ ਕੇ ਸਮਝ ਲੈਂਦਾ ਹੈ ਨਿਕਾਰਾਂ ਦਾ ਟਕਰਾ ਕਰਨ ਲਈ ਉਸ ਨੂੰ ਸਦਾ ਥਿਰ ਪ੍ਰਭੂ ਦਾ ਸਦਾ ਥਿਰ ਬਾਲ ਹਾਸਲ ਹੋ ਜਾਂਦਾ ਹੈ ਨੇ ਹੁਕਮ ਹੈ ਅੰਦਰ ਨਿਮਿਆ ਪਿਆਰੇ ਹੁਕਮ ਹੈ ਉਦਰ ਮਝਾਰ ਭਾਸ਼ ਗਿੰਦੇ ਹੈ ਭਾਈ ਜੀਵ ਪ੍ਰਮਾਤਮਾ ਦੇ ਹੁਕਮ ਅਨਸਾਰ ਪਹਿਲਾਂ ਮਾਤਾ ਦੇ ਗਰਭ ਵਿੱਚ ਟਿਕਦਾ ਹੈ ਤੇ ਫਿਰ ਮਾਤਾ ਦੇ ਗਰਭ ਪੇਟ ਵਿੱਚ 10 ਮਹੀਨੇ ਨਿਵਾਸ ਰੱਖਦਾ ਹੈ ਹੁਕਮੇ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਭਾਰ ਉਦੋਂ ਕਹਿੰਦੇ ਨੇ ਪੁੱਠਾ ਲਟਕਿਆ ਹੋਇਆ ਪੁੱਠਾ ਸਿਰ 'ਤੇ ਰੱਖ ਕੇ ਪ੍ਰਭੂ ਦੇ ਹੁਕਮ ਅਨਸਾਰ ਹੀ ਫਿਰ ਉਹ ਜੀਵ ਜਨਮ ਲੈਂਦਾ ਹੈ ਹੁਕਮੇ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਭਾਰ ਪੁੱਠਾ ਸਿਰ 'ਤੇ ਰਹਿ ਕੇ ਲਟਕ ਕੇ ਪ੍ਰਭੂ ਦੇ ਹੁਕਮ ਅਨਸਾਰ ਫਿਰ ਜੀਵ ਸੰਸਾਰ ਦੇ ਵਿੱਚ ਦੁਨੀਆ ਵਿੱਚ ਆਉਂਦਾ ਹੈ ਗੁਰਮੁਖ ਦਰਗਾਹ ਜਾਣਿਆ ਪਿਆਰੇ ਚੱਲੈ ਕਰ ਜਸਾਰ ਕਿਸੇ ਖਾਸ ਜੀਵਨ ਮਨੋਰਥ ਵਾਸਤੇ ਜੀਵ ਜਗਤ ਵਿੱਚ ਆਉਂਦਾ ਹੈ ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ ਮਨੋਰਥ ਨੂੰ ਸਵਾਰ ਕੇ ਇੱਥੋਂ ਜਾਂਦਾ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪੰਦਾ ਹੈ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਕਹਿੰਦੇ ਜਿਹੜਾ ਜੀਵ ਜੀਵਨ ਮਨੋਰਥ ਨੂੰ ਸਮਝ ਲੈਂਦਾ ਹੈ ਆਪਦੇ ਜੀਵਨ ਨੂੰ ਸਵਾਰ ਲੈਂਦਾ ਹੈ ਤੇ ਫਿਰ ਪ੍ਰਮਾਤਮਾ ਦੀ ਹਜ਼ੂਰੀ ਅੰਦਰ ਆਦਰ ਮਾਣ ਨੂੰ ਪ੍ਰਾਪਤ ਕਰਦਾ ਹੈ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਦੋਂ ਜਾਏ ਹੇ ਸੱਜਣ ਪ੍ਰਮਾਤਮਾ ਦੀ ਰਜ਼ੰਗਸਾਰ ਹੀ ਜੀਵ ਇਸ ਜਗਤ ਵਿੱਚ ਆਉਂਦਾ ਹੈ ਤੇ ਹੁਕਮ ਅਨਸਾਰ ਹੀ ਇੱਥੋਂ ਚਲਿਆ ਜਾਂਦਾ ਹੈ ਹੁਕਮੇ ਬੰਨ ਚਲਾਈਏ ਪਿਆਰੇ ਮਨੁੱਖ ਲਹੇ ਸਜਾਏ ਕਹਿੰਦੇ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਉਸ ਨੂੰ ਪ੍ਰਭੂ ਦੀ ਰਜ਼ੰਗਸਾਰ ਬਨ ਕੇ ਜੋ ਰੋ ਤੱਕੀ ਇਥੋਂ ਤੋੜਿਆ ਜਾਂਦਾ ਹੈ ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਜਮਦੂਤ ਉਸ ਨੂੰ ਜੋਰੋ ਜਬਰੀ ਇਸ ਸੰਸਾਰ ਤੋਂ ਲੈ ਕੇ ਜਾਂਦੇ ਹਨ ਹੁਕਮੇ ਸਬਦ ਪਛਾਣਿਆ ਪਿਆਰੇ ਦਰਗਾਹ ਪੈਦਾ ਜਾਏ ਪ੍ਰਮਾਤਮਾ ਦੀ ਰਜੰਸ ਹੁਕਮਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਜਨਮ ਮਨੋਰਥੁਨ ਸਮਝ ਲਿਆ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਸਤਕਾਰ ਨਾਲ ਰਹਿੰਦੇ ਹਨ ਭਾ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਾਲ ਜਾਈਦਾ ਹੈ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਜਦੋ ਜਾ ਹੁਕਮੇ ਹਾਉ ਮੈਂ ਦੋਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਾਉ ਮੈਂ ਦੋਇਮ हे भाई परमात्मा दी रजा अनुसार ही किते माया दी सोच सोची जा रही है प्रभु दी रजा वेची किते हौमे है ते किते द्वैत है हुक्मे पवे पवाई है प्यारे आव गण रोए प्रभु दी रजा अनुसार ही किते कोई माया दी खातिर ਭਟ ਕਰਿਆ ਹੈ ਕਿਤੇ ਕੋਈ ਜਨਮ ਮਰਨ ਦੇ ਗੇੜ ਵਿੱਚ ਫਸਿਆ ਹੋਇਆ ਹੈ ਤੇ ਕਿਤੇ ਪਾਪ ਦੀ ਠੱਗੀ ਹੋਈ ਲੋਕਾਈ ਆਪਣੇ ਦੁੱਖਾਂ ਨੂੰ ਰੋ ਰੋ ਕੇ ਬਿਆਨ ਕਰ ਰਹੀ ਹੈ ਹੁਕਮ ਸਿ ਜਾਪ ਸਾਕਾ ਪਿਆਰੇ ਸੱਚ ਮਿਲ ਬੜਾਈ ਹੋਏ ਜਿਸ ਮਨੋਖਨੋ ਸਾ ਪ੍ਰਭੂ ਦੀ ਰਜਾਂਸਾਰ ਸਮਝ ਆ ਜਾਂਦੀ ਹੈ ਉਸ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਪ੍ਰਮਾਤਮਾ ਮਿਲ ਪੈਂਦਾ ਹੈ ਤੇ ਉਸ ਦੀ ਲੋਕ ਪਰਲੋਕ ਵਿੱਚ ਵਡਿਆਈ ਹੁੰਦੀ ਹੈ ਆਖਣ ਔਖਾ ਆਖਿਆ ਪਿਆਰੇ ਕਿਉਂ ਸੁਣੇ ਸਚ ਨਾਉ ਓ ਹੈ ਭਾਈ ਜਗਤ ਵਿੱਚ ਮਾਇਆ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਪ੍ਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਸਿਮਰਨ ਬੜਾ ਹੀ ਔਖਾ ਲੱਗਦਾ ਹੈ ਬੜਾ ਹੀ ਘਟਨ ਲੱਗਦਾ ਹੈ ਨਾ ਹੀ ਪ੍ਰਭੂ ਨਾ ਪ੍ਰਭੂ ਨਾਮ ਸੁਣਿਆ ਜਾ ਰਿਹਾ ਕਿਉਂਕਿ ਪ੍ਰਭੂ ਨਾਮ ਨੂੰ ਸੁਣਨਾ ਅਤੇ ਸਿਮਰਨਾ ਜੀਵਾਂ ਨੂੰ ਮਾਇਆ ਦੇ ਚ ਫਸਿਆ ਹੋਇਆ ਕਰਕੇ ਬਹੁਤ ਔਖਾ ਲੱਗਦਾ ਹੈ ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ ਨਾਮ ਨੂੰ ਸੁਣਦੇ ਨਹੀਂ ਜਿਨੇ ਸੋ ਸਲਾਹਿਆ ਪਿਆਰੇ ਹੋ ਤਿੰਨ ਨੰਬਰ ਲਿਹਾਰੇ ਜਾਓ ਹੈ ਪਾਈ ਮੈਂ ਉਹਨਾ ਬੰਦਿਆ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ ਨਾਓ ਮਿਲਾਏ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਮੇਰੀ ਅਰਦਾਸ ਹੈ ਕਿ ਉਹਨਾਂ ਦੀ ਸੰਗਤ ਵਿੱਚ ਮੈਨੂੰ ਵੀ ਨਾਮ ਮਿਲੇ ਤੇ ਮੇਰਾ ਜੀਵਨ ਵੀ ਸੰਤੋਖੀ ਹੋ ਜਾਏ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗ ਕੇ ਸੰਤੋਖੀ ਹੋ ਗਏ ਹਨ ਮਾਇਆ ਵੱਲੋਂ ਮਨ ਨੂੰ ਹੋੜ ਲਿਆ ਹੈ ਮੋੜ ਲਿਆ ਹੈ ਮੈਨੂੰ ਵੀ ਐਸੇ ਜੀਵਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਜੋ ਮੇਰਾ ਜੀਵਨ ਵੀ ਸੰਤੋਖੀ ਬਿਰਤੀ ਵਾਲਾ ਹੋ ਜਾਏ ਮਿਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਮੈਂ ਵੀ ਜੁੜਿਆ ਰਹਾ ਆਏ ਕਾਇਆ ਕਾਗਦ ਜੇਥੀ ਐ ਪਿਆਰੇ ਮਨਮਸਵਾਣੀ ਧਾਰ ਏ ਪਾਈ ਜੇ ਸਾਡਾ ਸਰੀਰ ਕਾਗਜ਼ ਬਨ ਜਾਏ ਕਾਇਆ ਕਾਗਜ਼ ਜੇਥੀਏ ਪਿਆਰੇ ਮਨਮਸਵਾਣੀ ਧਾਰ ਕਾਇਆ ਕਹਿੰਦੇ ਨੇ ਕਾਇਆ ਨੂੰ ਸਰੀਰ ਨੂੰ ਜੇ ਸਾਡਾ ਸਰੀਰ ਕਾਗਜ਼ ਬਨ ਜਾਏ ਤੇ ਮਨ ਨੂੰ ਸਿਆਹੀ ਦੀ ਦਿਵਾਤ ਬਣਾ ਲਈਏ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਜੇ ਸਾਡੀ ਜਿਬਾ ਪ੍ਰਭੂ ਦੀ ਸਿਫਤ ਸੁਲਾ ਲਿਖਣ ਲਈ ਕਲਮ ਬਨ ਜਾਏ ਤਾਂ ਹੈ ਭਾਈ ਸੁਭਾਗਤਾ ਇਸ ਗੱਲ ਵਿੱਚ ਹੈ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਰ ਵਿੱਚ ਲਿਆ ਕੇ ਆਪਣੇ ਅੰਦਰ ਉਕਾਰਦੇ ਚੱਲੋ ਤਾਂ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਤਾਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਏ ਨਾਨਕ ਓ ਲਿਖਾਰੀ ਭਾਗਾ ਵਾਲਾ ਹੈ ਜੋ ਸਦਾ ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਆਪਣੇ ਅੰਦਰ ਉਘਾਰ ਲੈਂਦਾ ਹੈ ਕਹਿੰਦੇ ਉਹ ਹੀ ਲਿਖਾਰੀ ਉੱਤਮ ਕਿਸਮ ਵਾਲਾ ਚੰਗੇ ਭਾਗਾ ਵਾਲਾ ਹੈ ਜਿਹੜਾ ਸਦਾ ਥਿਰ ਪ੍ਰਭੂ ਨੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਆਪਣੇ ਮਨ ਮੰਦਰ ਦੇ ਵਿੱਚ ਸਦਾ ਲਈ ਉਕਰ ਲੈਂਦਾ ਹੈ ਸੋ ਗੁਰੂ ਪਿਆਰੀ ਸਾਜ ਸੰਗਤ ਜੀਓ ਇਥੋਂ ਤੱਕ ਆਪੇ ਪਾਵਨ ਬਾਖ ਦੀ ਕਥਾ ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋਣੀਆਂ ਸੁਭਾਵਿਕ ਹਨ ਸੰਗਤ ਬਖਸ਼ਣ ਜੋਗ ਹੈ ਗੁਰੂ ਬਖਸ਼ਣ ਜੋਗ ਹੈ ਬਖਸ਼ ਦੇਣਗੇ ਸੰਗਤ ਜੀ ਬਖਸ਼ ਦੇਣਾ ਤੇ ਅਰਦਾਸ ਕਰਨੇ ਕਿ ਅੱਗੇ ਤੋਂ ਸੁਧ ਸਪਸ਼ਟ ਤਰੀਕੇ ਦੇ ਨਾਲ ਕਥਾ ਵਿਚਾਰ ਕਰਨ ਦੀ ਸੋਜੀ ਸਮਝ ਆ ਜਾਵੇ ਤੇ ਗੁਰੂ ਪਿਆਰ ਅੰਦਰ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ